ਪਰਮ ਸਤਿਕਾਰਯੋਗ ਬਰਾਤੀ ਸਾਹਿਬਾਨ, ਸਤਿਕਾਰਯੋਗ ਬਜ਼ੁਰਗ, ਖੇਤ ਨਗਰ ਵਾਸੀ, ਬਾਹਰੋਂ ਆਏ ਹੋਏ ਬ੍ਰਿਕਤ ਵਾਸੀ ਸੱਜਣੋ, ਛੋਟੇ ਵੀਰੋ, ਭੈਣੋ ਤੇ ਭਰਾਵੋ, ਸਾਡੇ ਇਸ ਨਗਰ ਦੇ ਵਿੱਚ ਇਸ ਜਗ੍ਹਾ ਤੇ ਸਾਨੂੰ ਕਲਾਕਾਰਾਂ ਨੂੰ, ਸਾਡੀ ਪਾਰਟੀ ਨੂੰ ਪਹਿਲੀ ਵਾਰੀ ਦਰਸ਼ਨ ਕਰਨ ਦਾ ਮੌਕਾ ਮਿਲਿਆ। ਬਾਈ ਜਸਮੀਰ ਦੇ ਵਿਆਹ ਤੇ ਉਹਦੇ ਬਾਪੂ ਜੀ ਸਰਦਾਰ ਸਾਹਿਬ ਸਰਦਾਰ ਨਿਰਮਲ ਸਿੰਘ ਜੀ, ਜਿਹਨਾਂ ਦੇ ਸਦਕੇ ਤੁਹਾਡੀ ਸੇਵਾ ਚ ਹਾਜ਼ਰ ਹੋਏ। ਸਭ ਤੋਂ ਪਹਿਲਾਂ ਇਸ ਖੁਸ਼ੀ ਦੇ ਸਮੇਂ ਤੇ ਮੈਨੂੰ ਹੁਕਮ ਹੋਇਆ ਤੇ ਮੈਂ ਇੱਕ ਦੋ ਰਚਨਾ ਤੁਹਾਡੀ ਸੇਵਾ ਚ ਧਾਰਮਿਕ ਗਾਵਾਂ। ਉਸ ਤੋਂ ਬਾਅਦ ਜਿਹੜਾ ਬਾਕੀ ਆਪਦਾ ਫੁਲਕਾ ਦੇ ਚੱਲਦਾ ਉਹਦਾ ਹਾਜ਼ਰੀ ਹੈ। ਬੇਨਤੀ ਆਪ ਜੋੜ ਕੇ ਇਸ ਨਗਰ ਦੇ ਦੋਸਤਾਂ ਜੀ ਤੇ ਜਿਹੜੇ ਜਗ੍ਹਾ ਬਹੁਤ ਹੈ, ਜਾਣੀ ਖੜਨ ਦਾ ਢੰਗ ਹੀ ਬੇਢੰਗਾ ਜਿਹਾ ਥੋੜਾ ਜਿਹਾ। ਚਲੋ ਫਿਰ ਵੀ ਕੋਈ ਗੱਲ ਨੀ, ਮੈਂ ਤੁਹਾਡਾ ਬਹੁਤ ਧੰਨਵਾਦੀ ਹੈ ਬਈ। ਕੋਸ਼ਿਸ਼ ਇਹ ਕਰੋ ਵੀ ਆਰਾਮ ਨਾਲ ਆ ਕੇ ਜਿੰਨੇ ਜਵਾਕ ਨੇ ਉਹਦੇ ਇੱਥੇ ਆ ਕੇ ਬੈਠ ਜਾਣ, ਨਿਆਣੇ ਨੇ ਜਿੰਨੇ ਵੀ ਇਹਨਾਂ ਦੇ ਵਿੱਚੋਂ ਵੱਡਿਆਂ ਦੇ ਫੁੱਟ ਬਰੇਟਾਂ ਦੇ ਵਿੱਚੋਂ ਨਿਕਲੇ ਹੋਣ, ਜਿੰਨੇ ਛੋਟੇ ਪੀਸ ਦਾ ਇੱਧਰ ਆ ਜਾਣ, ਆ ਗਿਆ ਕਿਹੜਾ ਚੰਗ ਮਿਹਰਬਾਨੀ ਹੈ। ਕੋਈ ਗੱਲ ਦੇਖੀ ਜਾ ਬਣਦਾ ਕੀ ਹੈ। ਆਵਾਜ਼ ਵੀ ਜਿਹੜਾ ਬੋਲੇ ਪੂਰਾ ਖੁੱਲੀ ਇੱਕ ਮਿੰਟ ਮਾਰ ਚਾਰੇ ਟੋਟੇ ਚਿੱਲੇ ਬਾ ਕੇ ਰਦਾ ਸਿੱਧਾ ਤੂੰ ਕਰਾਇਆ,
ਨਿਚਾਰੇ ਕੋਟੇ ਛਿੱਲੇ ਬਾਕੇ ਰਦਾ ਸਿੱਧਾ ਤੂੰ ਕਿਰਾਇਆ ਹੈ ਚਾਲ ਬੱਚਿਆਂ ਦੀ ਲੈ ਕੇ ਟੈਂਕੀ ਛੱਤ ਲੈ ਸੁਬਾਰੇ ਟੈਂਕੀ ਛੱਤ ਲੈ ਸੁਬਾਰੇ ਨੀ ਤੂੰ ਲਲੀ ਚਾਲੂ ਜਾਵੇ ਚੱਲ ਹੰਦ ਤੀ ਦੀਵਾਰੇ ਮੇਰਾ ਚੱਲੀ ਜਾਏ ਸੋਰੇ ਮੈਂ ਵੀ ਚਾਹੀ ਮਾਰੀ ਮਿੱਟੀ ਮੇਰਾ ਚੱਲੀ ਜਾਏ ਸੋਰੇ ਮੈਂ ਵੀ ਚਾਹੀ ਮਾਰੀ ਮਿੱਟੀ ਤਿੰਨ ਕਹਿ ਹੱਥਿਆਰੇ ਸਾਰੀ ਇੱਟ ਉੱਤੇ ਇੱਟੀ ਮੇਰਾ ਕਰ ਜਾਂਦੀ ਚਿੱਟੀ ਹੋ ਜਾ ਖਾਏ ਚੂਰ ਚੂਰ ਹੋ ਜਾ ਖਾਏ ਚੂਰ ਚੂਰ ਦੱਸੀਏ ਤੇ ਕਿੱਚ ਕਿੱਚਾ ਜਾ ਕੇ ਮੋਟਿਆਂ ਦੇ ਕੋਲ ਨੀ ਟੁੱਟ ਗਈ ਤਰ੍ਹਾਂ ਤਾੜੀ ਫਿਰ ਉੱਠ ਤੂੰ ਕਰੋਤੀ ਤੇਰੀ ਰਵੇ ਨਾਰੀ ਜਾੜੇ ਫਿਰ ਉੱਠ ਤੂੰ ਕਰੋਤੀ ਤੇਰੀ ਰਵੇ ਨਾਲੀ ਜਾੜੇ ਹੈ ਲਾਲ ਗੋਤੀ ਚ ਬਚਾ ਕੇ ਕਾਟ ਮੌਤ ਦੀ ਉਤਾਰੇ ਕਾਟ ਮੌਤ ਦੀ ਉਤਾਰੇ ਨੀ ਤੂੰ ਨਰਕਾ ਨੂੰ ਜਾਵੇ ਚੱਲ ਹੰਦ ਦੀ ਦੀਵਾਰੇ ਸੱਚੀ ਲਾਲਾਂ ਦੇ ਮੈਂ ਮੁਖੀ ਹੋ ਗਈ ਹੈ ਤੇਰੀ ਸੱਚੀ ਲਾਲਾਂ ਦੇ ਮੈਂ ਮੁਖੀ ਹੋ ਗਈ ਹੈ ਤੇਰੀ ਮੁੜ ਜ਼ਾਲਮਾ ਉਸਾਰੀ ਸਾਰੀ ਕਿਸਮਤ ਮੇਰੀ ਲੋਕ ਉਪਲਾ ਦੇ ਮੈਨੂੰ ਚਾਕੀ ਦੇ ਮੈਂ ਖੁਰ ਖੁਰ ਚਾਕੀ ਦੇ ਮੈਂ ਖੁਰ ਖੁਰ ਇਹ ਤੂੰ ਨਰਕਾ ਨੂੰ ਜਾਵੇ ਚੱਲ ਹੰਦ ਦੀ ਦੀਵਾਰੇ ਸਰਹੰਦ ਦੀ ਦੀਵਾਰੇ ਸਰਹੰਦ ਦੀ ਦੀਵਾਰੇ